बेड़ियां तो अं औखे हो गए लंघने वोटा लैन वाले आ जाते हैं, बनता साडा कुछ नहीं इतने, जो वोटा लैनिया तो सू आ देंगे ने वोटा तो बनावे बना बनता मगरों तक इसे समस्या देखो सर समस्या ही समस्या इतने कोई भी चीज़ नहीं हैगी जी बिना समस्या तो हैगी समस्या ही ज़्यादा भुलदी है जी साडा छोटा जिहा बच्चा भी एक बीमार हो जाए सानू कोई भी अगे पिछे जाने की सुविधा नहीं है जी ਜ਼ਿਲ੍ਹਾ ਪਠਾਨਕੋਟ ਦੇ ਇੰਡੋ ਪਾਕ ਬਾਰਡਰ 'ਤੇ ਬਣਿਆ ਇੱਕ ਪਿੰਡ ਅਜਿਹਾ ਵੀ ਹੈ ਜੋ ਬਰਸਾਤਾਂ ਦੇ ਦਿਨਾਂ ਵਿੱਚ ਟਾਪੂ ਬਣ ਜਾਂਦਾ ਹੈ ਜਿਸ ਨੂੰ ਪਾਰ ਕਰਨ ਲਈ ਲੋਕਾਂ ਨੂੰ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਅਤੇ ਜੇਕਰ ਕਿਸ਼ਤੀ ਨਾ ਮਿਲੇ ਤਾਂ ਪਿੰਡ ਵਾਸੀ ਪਿੰਡ 'ਚੋਂ ਬਾਹਰ ਨਹੀਂ ਜਾ ਪਾਉਂਦੇ ਆਜ਼ਾਦੀ ਤੋਂ ਬਾਅਦ ਬਾਰਡਰ ਏਰੀਏ ਦਾ ਇਕਲੌਤਾ ਪਿੰਡ ਸਿੰਬਲ ਸਕੂਲ ਜੋ ਦਰਿਆ ਦੇ ਦੂਜੇ ਪਾਸੇ ਵਸਿਆ ਜਿਸ 'ਤੇ ਪਲਟੂਨ ਪੁਲ ਬਣਿਆ ਹੋਇਆ ਹੈ ਬਰਸਾਤ ਦੇ ਦਿਨਾਂ ਵਿੱਚ ਇਸ ਪੁਲ ਨੂੰ ਚੁੱਕਣ ਨਾਲ ਭਾਰਤ ਦਾ ਇਸ ਪਿੰਡ ਨਾਲ ਸੰਪਰਕ ਟੁੱਟ ਜਾਂਦਾ ਹੈ ਜਿਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਵੀ ਸੁਵਿਧਾ ਪਿੰਡ ਦੇ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਇਹਨਾਂ ਦੀ ਸਮੱਸਿਆ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਉੱਥੇ ਇਸ ਬਾਰੇ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਨੇਤਾ ਇਸ ਪਿੰਡ ਵਿੱਚ ਸਿਰਫ ਚੋਣਾਂ ਦੇ ਸਮੇਂ ਆਉਂਦੇ ਨੇ ਅਤੇ ਵੋਟ ਮੰਗ ਕੇ ਚਲੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਪੂਰੇ 5 ਸਾਲ ਤੱਕ ਕੋਈ ਵੀ ਨੇਤਾ ਉਹਨਾਂ ਦੇ ਪਿੰਡ ਦਾ ਹਾਲ ਚਾਲ ਪੁੱਛਣ ਨਹੀਂ ਆਉਂਦਾ ਪਿੰਡ ਵਿੱਚ ਕਈ ਕਿਲੋਮੀਟਰ ਤੱਕ ਕੋਈ ਹਸਪਤਾਲ ਤੱਕ ਨਹੀਂ ਹੈ ਫਸੇ ਪੁੱਤੋ ਇਹੋ ਜਿਹੀ ਦਰਿਆਵਾਂ ਦੀ ਸਾਨੂੰ ਇੰਨੀ ਤੰਗੀ ਆ ਪਰੇਸ਼ਾਨੀ ਆ ਬੇੜੀਆਂ 'ਤੇ ਅਸੀਂ ਔਖੇ ਹੋ ਕੇ ਲੰਘਦੇ ਹਾਂ ਵੋਟਾਂ ਲੈਣ ਵਾਲੇ ਆ ਜਾਂਦੇ ਨੇ ਬਣਦਾ ਸਾਡਾ ਕੁਛ ਨਹੀਂ ਇੱਥੇ ਜਦੋਂ ਵੋਟਾਂ ਲੈਣੀਆਂ ਉਦੋਂ ਸਾਨੂੰ ਆ ਦਿੰਦੇ ਨੇ ਵੋਟਾਂ ਤੋਂ ਤੁਹਾਡੇ ਅਸੀਂ ਇਹ ਬਣਾਵਾਂਗੇ ਇਹ ਬਣਾ ਬਣਦਾ ਮਗਰੋਂ ਤਾਂ ਕੱਖ ਨਹੀਂ ਕੋਈ MLA ਸਾਡੀ ਬਾਤ ਨਹੀਂ ਪੁੱਛਦਾ ਕੋਈ ਕੁਛ ਨਹੀਂ ਇੱਥੇ ਹੈਗਾ ਨਾ ਸਾਡੇ ਟੂਬਲ ਚੱਲਦੇ ਪਾਣੀ ਵਾਲੇ ਨਲਕਿਆਂ ਦੇ ਅਸੀਂ ਪਾਣੀ ਪੀਣ ਡੇ ਹਾਂ ਖਰਾਬ ਇਸੇ ਸਮੱਸਿਆ ਦੇਖੋ ਸਰ ਸਮੱਸਿਆ ਹੀ ਸਮੱਸਿਆ ਇੱਥੇ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਬਿਨਾਂ ਸਮੱਸਿਆ ਤੋਂ ਹੈਗੀ ਆ ਆਉਣ ਜਾਣ ਦੀ ਸਮੱਸਿਆ ਖਾਣ ਪੀਣ ਦੀ ਸਮੱਸਿਆ ਨਿਆਣੇ ਦੀ ਪੜ੍ਹਾਈ ਦੀ ਸਮੱਸਿਆ ਹਰ ਚੀਜ਼ ਦੀ ਸਮੱਸਿਆ ਸਭ ਤੋਂ ਵੱਧ ਪ੍ਰੋਬਲਮ ਤਾਂ ਸਾਨੂੰ ਫੋਨ ਦੀ ਆ ਫੋਨ ਇੱਥੇ ਕੋਈ ਨਹੀਂ ਚੱਲਦਾ ਇੰਡੀਆ ਦੀ ਕੋਈ ਵੀ ਕੰਪਨੀ ਦੀ ਸਿਮ ਨਹੀਂ ਜਿਹੜੀਆਂ ਸਾਡੇ ਕੋਲ ਰੱਦੀ ਬਣ ਕੇ ਨਹੀਂ ਪਈਆਂ 4 ਦਿਨ ਨਹੀਂ ਚੱਲਦੀ ਕੋਈ ਨਵਾਂ ਆਇੰਦਾ ਏਅਰਟੈੱਲ ਨੇ ਰੇਂਜ ਛੱਡਤੀ ਜੀ ਇਹ ਪਾ ਲਓ ਬੋਲੋ ਮਤਲਬ ਕੋਈ ਸਿਮ ਨਹੀਂ ਹੋਣੀ ਜਿਹੜੀ ਅਸੀਂ ਨਹੀਂ ਚੇਂਜ ਕੀਤੀਆਂ ਇੱਥੇ ਕਰਕੇ ਪਰ ਚੱਲਦਾ ਕੋਈ ਨਹੀਂ ਮਹਾਰਾਜ ਔਨਲਾਈਨ ਪੜ੍ਹਾਈ ਤਾਂ ਸਿਰਫ ਸ਼ਹਿਰਾਂ 'ਚ ਹੋਣ ਡੀ ਆ ਸਾਡੇ ਕੋਲ ਤਾਂ ਸਿਰਫ ਫੀਸਾਂ ਇਕੱਠੀਆਂ ਕਰਨ ਦਾ ਇੱਕ ਜ਼ਰੀਆ ਬਣਿਆ ਤਾ ਹੁਣ ਕਿਉਂਕਿ ਇੱਥੇ ਫੋਨ 'ਤੇ ਨਾ ਨੈੱਟ ਚੱਲਣ ਦਾ ਨਾ ਕੁਛ ਸਮੱਸਿਆ ਹੀ ਜ਼ਿਆਦਾ ਭੁੱਲਦੀ ਹੈ ਜੀ ਸਾਡਾ ਛੋਟਾ ਜਿਹਾ ਬੱਚਾ ਵੀ ਇੱਕ ਬਿਮਾਰ ਹੋ ਜੇ ਸਾਨੂੰ ਕੋਈ ਵੀ ਅੱਗੇ ਪਿੱਛੇ ਜਾਣ ਦੀ ਸੁਵਿਧਾ ਨਹੀਂ ਹੈ ਜੀ ਜੇ ਕੱਲ੍ਹ ਅੱਜ ਹੀ ਦਰਿਆ 'ਚ ਪਾਣੀ ਆ ਜੇ ਅਸੀਂ ਪਾਰ ਆਰ ਕਿਤੇ ਨਹੀਂ ਜਾ ਸਕਦੇ ਜੀ ਹਾਂਜੀ ਜਦੋਂ MLA ਨੇ ਵੋਟਾਂ ਲੈਣੀ ਨਾ ਉਦੋਂ ਕਹਿੰਦੇ ਮੈਂ ਉਦੋਂ ਆਵਾਂਗਾ ਦੂਸਰੀ ਵਾਰ ਜਦੋਂ ਤੁਹਾਡੇ ਕੋਲ ਪੁਲ ਪਏਗਾ ਮੈਂ ਫਿਰ ਪਾਰ ਕਰਾਂਗਾ ਮੁੜ ਕੇ ਦੁਬਾਰਾ ਆਏ ਕੋਈ ਪੁਲ ਨਹੀਂ ਕੋਈ ਕੁਛ ਨਹੀਂ ਕਦੋਂ ਵੀ ਸਾਡੀ ਕੋਈ ਸੰਭਾਵਨਾ ਨਹੀਂ ਹੈ ਜੀ ਇੱਦਾਂ ਜੇ ਅੱਜ ਬੱਚਾ ਬਿਮਾਰ ਹੋ ਜੇ ਅਸੀਂ ਕਿੱਥੇ ਲੈ ਕੇ ਜਾਣਾ ਜੀ ਉੱਥੇ ਇਸ ਮਾਮਲੇ ਵਿੱਚ ਜਦੋਂ ਇਲਾਕੇ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿੰਡ ਲਈ ਇੱਕ ਪੁਲ ਨੂੰ ਪਾਸ ਕਰਵਾਇਆ ਗਿਆ ਜਿਸ ਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ ਅਤੇ ਰਹੀ ਇਸ ਪਿੰਡ ਵਿੱਚ ਪਾਣੀ ਇਕੱਠਾ ਹੋਣ ਦੀ ਗੱਲ ਅਤੇ ਉਹ ਪਾਣੀ ਹਰ ਸਾਲ ਹੀ ਆਉਂਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਸਾਈਕਲ ਬਣਦੇ ਆ ਇਹ ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਉਹਨਾਂ ਪੁਲਾਂ ਨੂੰ ਚੁੱਕਿਆ ਜਾਂਦਾ ਹੈ ਜਿਹਦੀ ਪ੍ਰਤੀਕਿਰਿਆ 'ਚ ਇਹ ਵੀ ਚੁੱਕਿਆ ਗਿਆ ਇੱਥੇ ਪੱਕਾ ਪੁਲ ਦਾ ਜਿਹੜਾ ਉਹ ਪ੍ਰੋਵੀਜ਼ਨ ਪਾਸ ਹੋ ਚੁੱਕਿਆ ਗ੍ਰਿਫ ਨੂੰ ਟੈਂਡਰ ਹੋ ਚੁੱਕਿਆ ਅਤੇ ਬੜੀ ਜਲਦੀ ਗ੍ਰਿਫ ਜਿਹੜਾ ਇਹਨੂੰ ਪੁਲ ਨੂੰ ਬਣਾ ਤਾ ਜਾਏਗਾ ਬਾਕੀ ਮੈਂ ਉੱਥੇ ਬਿਲਡਿੰਗ ਨਵੀਂ ਭੇਜ ਕੇ ਅਤੇ ਹੈਂਡਓਵਰ ਗ੍ਰਿਫ ਨੂੰ ਕਰਤੀ ਹੈ ਲੋਕਾਂ ਦੀ ਆਵਾਜਾਈ ਜਿਹੜੀ ਹੈ ਉਹ ਗ੍ਰਿਫ ਕਰ ਰਹੀ ਹੈ ਅਤੇ ਐਸੀ ਕੋਈ ਗੱਲ ਨਹੀਂ ਹੈਗੀ ਪੁਲ ਜਿਹੜਾ ਹੈ ਮੇਰੀ ਟਰਮ 'ਚ ਹੀ ਬਣ ਜਾਣਾ ਰੋਡ ਵੀ ਬਣਨਾ ਉੱਥੇ 33 ਫੁੱਟ ਚੌੜਾ ਜਿਹੜਾ ਬਾਰਡਰ ਦੇ ਕੰਨੇ ਕੰਨੇ ਰੋਡ ਬਣ ਕੇ ਖੁਸ਼ੀ ਚੱਕ ਨਿਕਲਣਾ ਅਤੇ ਲੋਕਾਂ ਨੂੰ ਥੋੜ੍ਹਾ ਪਤਾ ਹਰ ਸਾਲ ਹੀ ਸਾਹਮਣਾ ਕਰਨਾ ਪੈਂਦਾ ਕੋਈ ਨਵਾਂ ਦੇ ਸਾਹਮਣਾ ਕਰਨਾ ਨਹੀਂ ਪਿਆ ਰਿਹਾ ਆਸੇ ਸਰਕਾਰ ਕੋਲ ਪੈਸੇ ਹੈ ਨਹੀਂ ਮੈਂ ਤਾਂ ਕੋਈ ਕੰਮ ਨਹੀਂ ਛੱਡਿਆ 15 ਪੁਲਾਂ ਦਾ ਕੰਮ ਲੱਗਾ ਜੇ ਤੁਸੀਂ ਸਿੰਬਲ ਸਕੂਲ ਨੂੰ ਜਾਂਦੇ ਹੋ ਰਸਤੇ ਵਿੱਚ 2 ਪੁਲੀਆਂ ਆਉਂਦੀਆਂ ਨੇ ਦੋਵੇਂ ਪੁਲੀਆਂ ਨੂੰ ਤੋੜ ਕੇ ਵੱਡਾ ਕੀਤਾ ਗਿਆ ਇਹ ਵੀ ਪੁਲ ਜਿਹੜਾ ਪਾਸ ਹੋ ਗਿਆ ਕਿ ਇਹ ਪੁਲ ਆ ਗਿਆ ਗ੍ਰਿਫ ਦੇ ਅੰਡਰ ਅਤੇ ਬੜੀ ਜਲਦੀ ਬਣ ਜਾਣਾ ਕੋਈ ਐਸੀ ਦਿੱਕਤ ਨਹੀਂ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ ਟਰੂ ਸਕੂਪ